ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਜਲੰਧਰ ਦੇ ਕਸਬਾ ਆਦਮਪੁਰ ਦੇ ਵਿੱਚ ਇੱਕ ਕਬਾੜੀ ਦੀ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ। ਜੀ ਹਾਂ, ਰੱਖੜੀ ਬੰਪਰ ਇਸ ਸ਼ਖਸ ਦੇ ਵੱਲੋਂ ਪਾਇਆ ਗਿਆ ਸੀ ਔਰ 500 ਰੁਪਏ ਦੀ ਲੋਟਰੀ ਇਸ ਕਬਾੜੀ ਨੇ ਖਰੀਦੀ ਸੀ ਔਰ ਉਸਦੀ ਕਿਸਮਤ ਕਹਿ ਸਕਦੇ ਹਾਂ ਕਿ ਬਦਲੀ ਹੈ ਔਰ 2.5 ਕਰੋੜ ਦੀ ਰਾਸ਼ੀ ਜੋ ਹੈ ਉਹ ਜਿੱਤਣ ਦੇ ਵਿੱਚ ਕਾਮਯਾਬ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਸ਼ਖਸ ਦਾ ਜੋ ਨਾਮ ਹੈ ਪ੍ਰੀਤਮ ਲਾਲ ਜੱਗੀ ਦੱਸਿਆ ਜਾ ਰਿਹਾ ਹੈ, 67 ਸਾਲ ਇਸ ਦੀ ਉਮਰ ਹੈ ਔਰ ਪ੍ਰੀਤਮ ਸਿੰਘ ਜੱਗੀ ਦੇ ਮੁਤਾਬਕ ਉਹ ਪਿਛਲੇ 50 ਸਾਲਾਂ ਤੋਂ ਲੋਟਰੀ ਪਾ ਰਿਹਾ ਸੀ। ਉਸਨੇ ਲੋਟਰੀ ਪਾਉਣੀ ਉਦੋਂ ਸ਼ੁਰੂ ਕੀਤੀ ਜਦੋਂ ਲੋਟਰੀ ਦੀ ਕੀਮਤ ਮਹਿਜ਼ 1 ਰੁਪਿਆ ਹੋਇਆ ਕਰਦੀ ਸੀ, ਪਰ ਉਸਦੀ ਕਦੇ ਲੋਟਰੀ ਨਿਕਲੀ ਨਹੀਂ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਮਨਾ ਹੁਣ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਲੋਟਰੀ ਤਾਂ ਨਿਕਲਦੀ ਨਹੀਂ, ਸੋ ਪਾਉਣ ਦਾ ਫਾਇਦਾ ਕੀ ਹੈ। ਪਰ ਪ੍ਰੀਤਮ ਲਾਲ ਜੱਗੀ ਦੇ ਵੱਲੋਂ ਲਗਾਤਾਰ ਇਹ ਸਿਲਸਿਲਾ ਜੋ ਹੈ ਉਹ ਜਾਰੀ ਰੱਖਿਆ ਗਿਆ। 500 ਰੁਪਏ ਦੀ ਲੋਟਰੀ ਖਰੀਦੀ ਜਾਂਦੀ ਹੈ ਔਰ 2.5 ਕਰੋੜ ਰੁਪਏ ਦਾ ਇਨਾਮ ਜੋ ਹੈ ਉਹ ਮਿਲਦਾ ਹੈ ਔਰ ਇਸ ਕਬਾੜੀ ਦਾ ਕਹਿਣਾ ਹੈ ਕਿ ਉਸਦਾ ਜੋ ਪਰਿਵਾਰ ਹੈ ਉਹਨਾਂ ਦੇ ਕੋਲ ਇੱਕ ਪੁਰਾਣਾ ਘਰ ਹੈ ਔਰ ਇੱਕ ਦੁਕਾਨ ਹੈ ਔਰ ਇਸ ਤੋਂ ਜ਼ਿਆਦਾ ਕੋਈ ਇਨਕਮ ਸੋਰਸ ਹੈ ਨਹੀਂ। ਯਕੀਨ ਜ਼ਰੂਰ ਸੀ ਇੱਕ ਕਿ ਕਦੇ ਨਾ ਕਦੇ ਤਾਂ ਕਿਸਮਤ ਜ਼ਰੂਰ ਬਦਲੇਗੀ ਔਰ ਇਸੇ ਦੇ ਚੱਲਦਿਆਂ ਉਹਨਾਂ ਨੇ ਲੋਟਰੀ ਜੋ ਹੈ ਉਹ ਪਾਉਣੀ ਨਹੀਂ ਛੱਡੀ ਔਰ ਇਹ ਦਿਨ ਜੋ ਹੈ ਅੱਜ ਉਹਨਾਂ ਨੂੰ ਦੇਖਣ ਨੂੰ ਮਿਲਿਆ। ਔਰ ਪ੍ਰੀਤਮ ਸਿੰਘ ਜੱਗੀ ਦਾ ਇਹ ਕਹਿਣਾ ਹੈ ਕਿ ਇਸ ਵਾਰ ਉਸਨੇ ਲੋਟਰੀ ਜੋ ਹੈ ਉਹ ਆਪਣੇ ਨਾਮ 'ਤੇ ਨਹੀਂ ਬਲਕਿ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਸੀ ਔਰ 2.5 ਕਰੋੜ ਦੀ ਰਾਸ਼ੀ ਜੋ ਹੈ ਉਹ ਜਿੱਤਣ ਦੇ ਵਿੱਚ ਸਫਲ ਹੋਇਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਇੱਕ ਦੁਕਾਨ ਤੋਂ ਇਹ ਲੋਟਰੀ ਨਹੀਂ ਖਰੀਦਦੇ ਸੀ, ਹਮੇਸ਼ਾ ਵੱਖ ਵੱਖ ਥਾਵਾਂ ਤੋਂ ਹੀ ਲੋਟਰੀ ਖਰੀਦ ਲਈ ਜਾਂਦੀ ਸੀ। ਇਸ ਵਾਰ ਵੀ ਇੱਕ ਸੇਵਕ ਨਾਮ ਦੇ ਸ਼ਖਸ ਦੇ ਕੋਲੋਂ ਇਹ ਲੋਟਰੀ ਜੋ ਹੈ ਉਹ ਖਰੀਦੀ ਗਈ ਸੀ। ਜਦੋਂ ਅਖਬਾਰ ਦੇ ਵਿੱਚ ਨੰਬਰ ਦੇਖਿਆ ਗਿਆ ਲੋਟਰੀ ਦਾ ਅਤੇ ਨੰਬਰ ਦੇਖਣ ਤੋਂ ਬਾਅਦ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਉਹਨਾਂ ਦੀ ਲੋਟਰੀ ਨਿਕਲ ਚੁੱਕੀ ਹੈ, ਪਰ ਜਦੋਂ ਉਹਨਾਂ ਨੂੰ ਫੋਨ ਆਉਂਦਾ ਹੈ ਬਾਕਾਇਦਾ ਕਿ ਤੁਹਾਡੀ ਲੋਟਰੀ ਜੋ ਹੈ ਉਹ ਨਿਕਲ ਚੁੱਕੀ ਹੈ, ਤਾਂ ਉਸ ਤੋਂ ਬਾਅਦ ਹੀ ਯਕੀਨ ਹੋਇਆ। ਫਿਰ ਪਰਿਵਾਰ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਗਈ ਔਰ ਪਰਿਵਾਰ ਜੋ ਹੈ ਉਹ ਵੀ ਬੇਹੱਦ ਇਸ ਸਮੇਂ ਖੁਸ਼ ਹੈ। ਔਰ ਤੁਹਾਨੂੰ ਦੱਸ ਦਈਏ ਕਿ ਪ੍ਰੀਤਮ ਸਿੰਘ ਜੱਗੀ ਹੁਣਾਂ ਦੇ ਵੱਲੋਂ ਇਹ ਅਨਾਊਂਸ ਵੀ ਕੀਤਾ, ਇਹ ਐਲਾਨ ਵੀ ਕੀਤਾ ਗਿਆ ਹੈ ਕਿ ਉਹ ਆਪਣੀ ਜਿੱਤੀ ਹੋਈ ਰਕਮ ਦੇ ਵਿੱਚੋਂ 25% ਰਕਮ ਜੋ ਹੈ ਉਹ ਸਮਾਜ ਸੇਵੀ ਕੰਮਾਂ ਦੇ ਉੱਤੇ ਖਰਚ ਕਰਨਗੇ। ਫਿਲਹਾਲ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪ੍ਰੀਤਮ ਸਿੰਘ ਜੱਗੀ ਔਰ ਪਰਿਵਾਰ ਕਿਵੇਂ ਖੁਸ਼ੀ ਮਨਾ ਰਿਹਾ ਹੈ, ਆਓ ਸੁਣਾਉਂਦੇ ਹਾਂ। ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ 5 ਦਾ ਹੋਇਆ, ਫਿਰ 10-20 ਦਾ ਹੋਇਆ, ਫਿਰ 50 ਦਾ, ਫਿਰ 100 ਦਾ, ਉਦੋਂ ਤੱਕ ਪਾਉਂਦਾ ਆ ਰਿਹਾ ਹਾਂ। ਮੈਨੂੰ ਬੜੀ ਆਸ ਸੀ ਕਿ ਈਸ਼ਵਰ ਇੱਕ ਦਿਨ ਜ਼ਰੂਰ ਸਾਡੀ ਸੁਣੂਗਾ, ਤੋ ਮੈਂ ਅਰਦਾਸ ਕੀਤੀ ਈਸ਼ਵਰ ਦੇ ਅੱਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ, ਦੁਕਾਨ ਵੀ ਨਹੀਂ, ਕਿਰਾਏ 'ਤੇ ਰੁਲ ਰਹੇ ਹਾਂ, ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ ਉੱਪਰ। ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ, ਭਰਾਵਾਂ ਦੇ ਕਿਰਪਾ ਦੇ ਨਾਲ ਮੇਰੇ 'ਤੇ ਮਿਹਰ ਕੀਤੀ, ਗੁਰੂ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ 'ਤੇ, ਜੇ ਮਹਾਮਾਈ ਦੀ, ਚਿੰਤਪੁਰਨੀ ਦੀ, ਵੈਸ਼ਨੋ ਦੇਵੀ, ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ 'ਤੇ ਹੋਈ, ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ। ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ, ਧਾਰਮਿਕ ਪਾਸੇ ਲਗਾਵਾਂਗਾ, ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ 'ਚ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ। ਬੇਨਤੀ ਇਸ ਤਰ੍ਹਾਂ ਕਿ ਪੈਸਾ ਈਸ਼ਵਰ ਨੇ ਮੈਨੂੰ ਜੇ ਦਿੱਤਾ, ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ। ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ, ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ, ਬੁਰੇ ਨਹੀਂ ਲਾਇਆ, ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾ ਉਠਾਉਂਦਾ ਹੈ।
ਤਾਂ ਮੈਂ ਅਰਦਾਸ ਕਰਦਾ ਹਾਂ ਪ੍ਰਭੂ ਅੱਗੇ, ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ, ਕਿਉਂਕਿ ਮੈਂ ਮਕਾਨ ਵੀ ਔਰ ਦੁਕਾਨ ਵੀ ਜਿਹੜਾ ਕਿਰਾਏ 'ਚ ਰੁਕਦਾ ਸੀ। ਹੋ ਸਕਦਾ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ। ਮੈਂ ਜ਼ਰੂਰ ਇਹ ਆਪਣਾ ਮਕਾਨ ਔਰ ਦੁਕਾਨ ਲੈਣ ਤੋਂ ਬਾਅਦ, ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ, ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ ਲਗਾਵਾਂਗਾ। ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ 5 ਦਾ ਹੋਇਆ, ਫਿਰ 10-20 ਦਾ ਹੋਇਆ, ਅਤੇ 50 ਦਾ, ਫਿਰ 100 ਦਾ, ਉਦੋਂ ਤੱਕ ਪਾਉਂਦਾ ਆ ਰਿਹਾ ਹਾਂ। ਮੈਨੂੰ ਬੜੀ ਆਸ ਸੀ ਕਿ ਈਸ਼ਵਰ ਇੱਕ ਦਿਨ ਜ਼ਰੂਰ ਸਾਡੀ ਸੁਣੇਗਾ। ਤੋ ਮੈਂ ਅਰਦਾਸ ਕੀਤੀ ਈਸ਼ਵਰ ਦੇ ਅੱਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ, ਦੁਕਾਨ ਵੀ ਨਹੀਂ, ਕਿਰਾਏ 'ਤੇ ਰੁਕ ਰਹੇ ਹਾਂ, ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ ਉੱਪਰ। ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ, ਭਰਾਵਾਂ ਦੇ ਕਿਰਪਾ ਦੇ ਨਾਲ ਮੇਰੇ 'ਤੇ ਮਿਹਰ ਕੀਤੀ, ਗੁਰੂ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ 'ਤੇ, ਜੇ ਮਹਾਮਾਈ ਦੀ, ਚਿੰਤਪੁਰਨੀ ਦੀ, ਵੈਸ਼ਨੋ ਦੇਵੀ, ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ 'ਤੇ ਹੋਈ, ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ। ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ, ਧਾਰਮਿਕ ਪਾਸੇ ਲਗਾਵਾਂਗਾ, ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ 'ਚ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ। ਬੇਨਤੀ ਇਸ ਤਰ੍ਹਾਂ ਕਿ ਪੈਸਾ ਈਸ਼ਵਰ ਨੇ ਮੈਨੂੰ ਜੇ ਦਿੱਤਾ ਹੈ, ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ। ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ, ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਏਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ, ਬੁਰੇ ਨਹੀਂ ਲਾਇਆ। ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾ ਉਠਾਉਂਦਾ ਹੈ। ਤਾਂ ਮੈਂ ਅਰਦਾਸ ਕਰਦਾ ਹਾਂ ਪ੍ਰਭੂ ਅੱਗੇ, ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ, ਕਿਉਂਕਿ ਮੈਂ ਮਕਾਨ ਵੀ ਔਰ ਦੁਕਾਨ ਵੀ ਜਿਹੜਾ ਕਿਰਾਏ 'ਚ ਰੁਕਦਾ ਸੀ। ਹੋ ਸਕਦਾ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ। ਮੈਂ ਜ਼ਰੂਰ ਇਹ ਆਪਣਾ ਮਕਾਨ ਔਰ ਦੁਕਾਨ ਲੈਣ ਤੋਂ ਬਾਅਦ, ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਔਰ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ, ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ। ਇਸੇ ਦੇ ਨਾਲ ਦਿਓ ਇਜਾਜ਼ਤ ਅਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ TV ਪੰਜਾਬ।